ਆਪਣੇ ਸੁੱਖ ਸੁੱਖਣ 'ਤੇ ਜਿਸ ਦੀ ਸੁੱਖ ਪੂਰੀ ਹੁੰਦੀ ਹੈ ਜੀ, ਕੋਈ ਪੁੱਤਰ ਦੀ ਖੁਸ਼ੀ ਦੇ ਵਿੱਚ ਨਿੰਮ ਬੰਨਦਾ ਹੈ, ਕੋਈ ਜੋਤ ਲਾਉਂਦਾ ਹੈ, ਘਿਓ ਦੀ ਜੋਤ ਲਗਾਈ ਜਾਂਦੀ ਹੈ ਜੀ ਇਹ ਭੋਰਾ ਸਾਹਿਬ ਜੀ ਦੇ ਵਿੱਚ। ਆ ਜੋ ਅੱਗੇ ਚੱਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਇਸ ਪਵਿੱਤਰ ਤਪੋ ਸਥਾਨ ਸੰਤ ਬਾਬਾ ਰਾਮ ਸਿੰਘ ਜੀ ਦਾ ਜੋ ਨਿਵਾਸ ਸਥਾਨ ਹੈ, ਜਿੱਥੇ ਮਹਾਂਪੁਰਸ਼ਾਂ ਨੇ ਕਈ ਬਰਸ ਅਤੁੱਟ ਸਿਮਰਨ ਕੀਤਾ ਹੈ, ਕਿ ਜਿਹੜੀਆਂ ਸੰਗਤਾਂ ਭਾਈ ਲੰਗਰ ਦੇ ਵਿੱਚ ਸੇਵਾ ਕਰਦੀਆਂ ਨੇ ਉਹ ਸੇਵਾ ਕਰੀ ਜਾਣ, ਜਿਹੜੀਆਂ ਸੰਗਤਾਂ ਇੱਧਰ ਉੱਧਰ ਖੜੇ ਨੇ ਜਾਂ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਦੁਆਰਾ ਦੇ ਵਿੱਚ ਭਾਈ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈ ਵੀ ਪਿਆਰੀ ਸਿੰਘ ਜੀ, ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਪਿੰਡ ਦੇ ਨੌਜਵਾਨ ਸੇਵਾਦਾਰ ਵੀਰ ਭਾਂਡਿਆਂ ਦੀ ਸੇਵਾ ਨਿਭਾ ਰਹੇ ਨੇ ਵੱਖ ਵੱਖ ਜਗ੍ਹਾ ਤੇ। ਸੇਵਾਦਾਰ ਵੀਰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲੈ ਵੀ ਸਾਥੀ ਪਿਆਰਿਓ, ਅੱਜ ਆਪਾਂ ਪਹੁੰਚੇ ਹਾਂ ਸੰਤ ਬਾਬਾ ਰਾਮ ਸਿੰਘ ਜੀ ਦੀ 82ਵੀਂ ਬਰਸੀ ਦੇ ਸੰਬੰਧ ਵਿੱਚ, ਜੋ ਕਿ ਕੱਲ੍ਹ ਨਗਰ ਕੀਰਤਨ ਕੱਢਿਆ ਗਿਆ ਸੀ ਅਤੇ ਅੱਜ ਦੂਸਰਾ ਦਿਨ ਹੈ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਦੁਕਾਨਾਂ ਸਜ ਚੁੱਕੀਆਂ ਨੇ, ਸਾਥੀ ਵੀਰ ਵੱਖ ਵੱਖ ਪਿੰਡਾਂ 'ਚੋਂ ਵੱਖ ਵੱਖ ਸ਼ਹਿਰਾਂ 'ਚੋਂ ਪਹੁੰਚ ਚੁੱਕੇ ਨੇ, ਰੁਮਾਲੇ ਪਟਕੇ ਖੜੇ ਦਸਤਾਰਾਂ। ਮੇਰੇ ਪਿੰਡ ਦੇ ਨੌਜਵਾਨ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਬਾਬਾ ਰਾਮ ਸਿੰਘ ਜੀ ਦੀ ਬਰਸੀ ਦੇ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਨੇ, ਲਹਿਸਣ ਦੀ ਛਲ ਛਲਾਈ ਹੋ ਰਹੀ ਹੈ। ਹੋਰ ਜੀ ਸਤਨਾਮ ਜੀ, ਠੀਕ ਠਾਕ ਹੈ ਜੀ? ਚਲੋ ਜੀ, ਬਹੁਤ ਵਧੀਆ ਗੱਲ ਹੈ ਜੀ। ਲੈ ਵੀ ਪਿਆਰੀ ਸੰਗਤ ਜੀ, ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਆਪਣੇ ਨਵੇਂ ਬਣੇ ਗੁਰੂ ਘਰ ਦੇ ਵਿੱਚ, ਜਿੱਥੇ ਗੁਰੂ ਮਹਾਰਾਜ ਜੀ ਦੇ ਪਾਠ ਆਰੰਭ ਹਨ, ਅਤੇ ਲੈ ਕੇ ਚੱਲਾਂਗੇ ਵਾਹਿਗੁਰੂ ਜੀ। ਮੇਰੀ ਪਿਆਰੀ ਸੰਗਤ ਜੀ, ਤੁਸੀਂ ਦੇਖ ਰਹੇ ਹੋ ਜੋ ਕਿ ਗੁਰਦੁਆਰਾ ਦੇ ਵਿੱਚ ਅਖੰਡ ਪਾਠ ਆਰੰਭ ਹਨ, ਅਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਹੈ ਜੀ, ਜਿੱਥੇ ਸੰਗਤ ਆਉਣ ਵਾਸਤੇ ਦਰੀਆਂ ਸੇਵਾਦਾਰ ਵੀਰਾਂ ਵੱਲੋਂ ਵਿਛਾਈਆਂ ਜਾ ਰਹੀਆਂ ਨੇ। ਅਤੇ ਸਾਡੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਜੀ ਬੜੇ ਹੀ ਵਾਹਿਗੁਰੂ ਦੀ ਕਿਰਪਾ ਨਾਲ ਆਰਾਮ ਨਾਲ ਸੇਵਾਦਾਰ ਵੀਰਾਂ ਨੂੰ ਸਮਝਾ ਕੇ ਤਰੀਕੇ ਨਾਲ ਸਾਫ਼ ਸਫਾਈ ਚੱਲ ਰਹੀ ਹੈ ਜੀ, ਅਤੇ ਦਰੀਆਂ ਵਿਛਾਈਆਂ ਜਾ ਰਹੀਆਂ ਨੇ ਅਤੇ ਸੇਵਾ ਨਿਭਾਈ ਜਾ ਰਹੀ ਹੈ ਜੀ। ਮਾਤਾ ਜੀ ਬਹੁਤ ਹੀ
ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਸਾਥੀ ਪਿਆਰਿਓ, ਵਾਹਿਗੁਰੂ ਜੀ ਫਤਿਹ। ਦਾ ਜੋ ਪ੍ਰੋਗਰਾਮ ਹੈ ਅੱਜ ਦੂਜਾ ਦਿਨ ਹੈ, ਸੋ ਦੁਆਨਾਂ ਦੀ ਸ਼ੁਰੂਆਤ ਹੈ। ਜਿੱਥੇ ਤੱਕ ਇਹ ਵਾਰ ਚੱਲਦੀ ਹੈ, ਸਾਰੇ ਬੱਚਿਆਂ ਨੂੰ, ਬੀਬੀਆਂ ਨੂੰ, ਬਜ਼ੁਰਗਾਂ ਨੂੰ, ਭੈਣਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਕੰਮ ਧੰਦਿਆਂ ਨੂੰ ਸੰਕੋਚ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਕਿ ਫਾਇਦਾ ਕਰੋ ਭਾਈ। ਦੁਆਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਸੋ ਦੁਆਰੇ ਫਿਰ ਬੇਨਤੀ ਹੈ ਸੰਗਤਾਂ ਨੂੰ ਕਿ ਜਿਹੜੀਆਂ ਸੰਗਤਾਂ ਭਾਈ ਤੰਗਰ ਦੇ ਵਿੱਚ ਸੇਵਾ ਕਰਦੀਆਂ ਨੇ ਉਹ ਸੇਵਾ ਕਰੀ ਜਾਣ, ਜਿਹੜੀਆਂ ਸੰਗਤਾਂ ਇੱਧਰ ਉੱਧਰ ਖੜੇ ਨੇ ਜਾਂ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਦੁਆਰ ਹਾਲ ਦੇ ਵਿੱਚ ਭਾਈ ਗੁਰਦੁਆਰਾ ਸਿੰਘ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਫਤਿਹ। ਸਿੰਘ ਜੀ ਦੀ ਜਨਮ ਦੇ ਆਖਦੇ ਹਾਂ, ਆਓ ਹਰੀ ਸਤਿਗੁਰੂ ਲੱਖ ਲੱਖ ਵਧਾਈ ਹੋਵੇ। ਸਤਨਾਮ ਓਂਕਾਰ ਕੇ ਇੱਕ ਵਾਰੀ ਲੱਗੀ ਮੁੱਕ ਤੇ ਸਫਲਾ ਜਵਾਨ ਕਰ ਲੈ, ਸਿਰ ਤੇ ਮੌਤ ਮੁਕਦਮਾ ਪੈਣ ਵਾਲਾ ਤੂੰ ਮਰੀ ਹੋਣ ਦਾ ਜ਼ਿਆਦਾ ਬਿਆਨ ਕਰ ਲੈ, ਨਹੀਂ ਧਨਾ ਪਦਾਰਥਾਂ ਨਾਲ ਜਾਣਾ ਗਾਫਲ ਉੱਠ ਕੇ ਪੁੰਨ ਤੇ ਦਾਨ ਕਰ ਲੈ। ਕਵੀਰਾਜ ਤੂੰ ਸੱਚਿਆਂ ਸੌਦਿਆਂ ਦੀ ਗੁਰੂ ਨਾਨਕ ਦੇ ਵਾਂਗ ਦੁਕਾਨ ਕਰ ਲੈ, ਗੁਰੂ ਨਾਨਕ ਦੇ ਵਾਂਗ ਦੁਕਾਨ ਕਰ ਲੈ। ਪਰਮ ਸਤਿਕਾਰਯੋਗ ਗੁਰੂ ਦਾ ਰੂਪ ਸਤ ਸੰਗਤ ਜੀਓ, ਸਭ ਤੋਂ ਪਹਿਲਾਂ ਦੱਸਦੇ ਜੀ ਅਸੀਂ ਰਵਾਉ ਹਾਜ਼ਰੀ ਆਪਣੀ ਰਚਨਾ ਕਰੀਏ ਪਵਿੱਤਰ ਆਖੋ ਜੀ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਧੰਨ ਧੰਨ ਬਾਬਾ ਰਾਮ ਸਿੰਘ ਜੀ ਦੀ ਬਰਸੀ ਮਨਾਉਂਦੇ ਹੋਏ ਸੰਗਤ ਗੁਰਮੁਖ ਗੁਰੂ ਦੀ ਬਾਣੀ ਦਾ ਰਸ ਲੈ ਰਹੇ ਹਨ, ਬਹੁਤ ਬਹੁਤ ਧੰਨਵਾਦ। ਆਓ ਸਤਸੰਗ ਜੀ, ਇੱਕ ਕਮਤਾ ਦਾ ਟਾਈਮ ਹੈ, ਜਿਹਨਾਂ ਨੇ ਕੁਛ ਕਰਕੇ ਦਿਖਾਇਆ ਜਾਂਦਾ ਹੈ ਉਹਨਾਂ ਦਾ ਜਪ ਸਟੇਜਾਂ ਉੱਤੇ ਬੋਲਿਆ ਜਾਂਦਾ ਹੈ। ਆਓ ਸੁਣੋ ਕਵਿਤਾ, ਦੁਨੀਆਂ 'ਚ ਕੀਤਾ ਜਿਵੇਂ ਬਾਜਾਂ ਵਾਲੇ ਪਾਤਸ਼ਾਹ ਨੇ, ਆ ਪਟਨੇ ਦੀ ਧਰਤੀ ਨੂੰ ਚਾਰ ਚੰਨ ਲਾਏ ਨੇ ਅਤੇ ਆਪਣੀ ਹਿੰਦਬਾਨੀ ਨੂੰ ਕਾਇਮ ਰੱਖਿਆ। ਉਸ ਕੀ ਦੇਖੇ ਵਰਤ ਪ੍ਰੇਮ ਪ੍ਰੇਮੀਆਂ ਦੇ, ਮਿਲਦਾ ਹੈ ਦਿਲ ਜਾਂਦੀ ਕੋਈ ਕੋਈ, ਰਿਸ਼ੀ ਮੁਨੀ ਮਹਾਤਮਾ ਬਹੁਤ ਦੇਖੇ, ਹੁੰਦਾ ਬ੍ਰਹਮ ਗਿਆਨੀ ਹੈ ਕੋਈ ਕੋਈ, ਅੰਤ ਦੇਖਿਆ ਦਾਨੀਆਂ ਦਾਦਿਆਂ ਨੂੰ ਪਰ ਪੁੱਤਰਾਂ ਦਾ ਦਾਨੀ ਕੋਈ ਕੋਈ, ਗੁਰੂ ਦਸ਼ਮੇਸ਼ ਬੰਗੂ ਦਰਬਾਰ ਸਿੰਘਾ ਕਰਦਾ ਕੁਰਬਾਨੀ ਕੋਈ ਕੋਈ, ਕਰਦਾ ਕੁਰਬਾਨੀ ਕੋਈ ਕੋਈ, ਉਹਨਾਂ ਲੈਣਾ ਦੇਵੀ ਦੀ ਅੱਜ ਚਲਬੁੰਡੀ ਅਤੇ ਦਾਹ ਜਗਦੀਪ ਸਿੰਘ ਜੀ ਰਮਲਾ ਪਿੰਡ ਚਲਬੁੰਡੀ ਵਾਲਿਆਂ ਦਾ ਕੋਈ ਸ਼੍ਰੀ ਜਿੱਦਾਂ ਸੁਣੋ ਵੀ ਦੁਨੀਆਂ 'ਚ ਕੀਤਾ ਪੜ੍ਹਨਾ ਮਸ਼ਹੂਰ ਤਾਂ ਕਵਿਤਾ ਇਉਂ ਪੇਸ਼ ਹੈ। ਭਗਤ ਅਵਾਰੇ ਜ਼ੁਲਮ ਮਕਾਈ ਤੈ, ਜ਼ੁਲਮ ਮਕਾਈ ਤੈ, ਕਿਰਪਾ ਤੇ ਭਗ ਪਟਣੇ ਨੂੰ ਲਾਈ ਤੈ, ਪਟਣੇ ਨੂੰ ਲਾਈ ਤੈ, ਮਾੜੇ ਅੰਦ ਕੀਤੀ ਮਦਦ ਹਯੂੜ ਤੈ, ਅਦਦ ਹਯੂੜ ਤੈ, ਦੁਨੀਆਂ
ਦੁਨੀਆਂ 'ਚ ਕੀਤਾ ਪਾਟਣਾ ਮਸ਼ਹੂਰ ਤੈ, ਪਾਟਣਾ ਮਸ਼ਹੂਰ ਤੈ। ਮੇਰੇ ਬਚਪਨ ਨੇ ਅਨੁੱਖ ਖੇਲ ਸੀ, ਹਮ ਅਨੁੱਖ ਖੇਲ ਸੀ, ਸਾਥੀਆਂ ਦੇ ਰੱਖਦਾ ਹਮੇਸ਼ਾ ਮੇਲ ਸੀ, ਹਮੇਸ਼ਾ ਮੇਲ ਸੀ। ਬਾਣੀ 'ਚ ਬਤਾਏ ਬੰਦੇ ਗੁਰੂਰ ਤੈ, ਬੰਦੇ ਗੁਰੂਰ ਤੈ, ਦੁਨੀਆਂ 'ਚ ਕੀਤਾ ਪਾਟਣਾ ਮਸ਼ਹੂਰ ਤੈ, ਪਾਟਣਾ ਮਸ਼ਹੂਰ ਤੈ। ਪੰਡਤ ਦੁਆਰੇ ਤੇ, ਪੰਡਤ ਦੁਆਰੇ ਤੇ, ਤੁਹਾਡੇ ਜੈਸਾ ਹੈ ਜੀ ਪਰਮੰਡ ਸਾਰੇ ਤੇ, ਪਰਮੰਡ ਸਾਰੇ ਤੇ। ਭਾਲਿਆਂ ਦੇ ਤੋੜੇ ਗਰਬ ਗਰੂਰ ਤੇ, ਗਰਬ ਗਰੂਰ ਤੇ, ਦੁਨੀਆਂ 'ਚ ਕੀਤਾ ਪਾਟਣਾ ਮਸ਼ਹੂਰ ਤੇ, ਪਾਟਣਾ ਮਸ਼ਹੂਰ ਤੇ। ਤੋਰਿਆ ਪਿਤਾ ਜੀ ਜਿੰਦੋ ਦਿੱਲੀ ਵੱਲ ਨੂੰ, ਕਿਵੇਂ ਦਿੱਲੀ ਵੱਲ ਨੂੰ, ਦਿਨ ਟਲੇ ਆਉਣਗੇ ਸਨੇਹੇ ਕੱਲ ਨੂੰ, ਹਾਂ ਸਨੇਹੇ ਕੱਲ ਨੂੰ। ਪਰ ਪਾਣਾ ਕੀਤਾ ਮਨਜੂਰ ਤੈ, ਕੀਤਾ ਮਨਜੂਰ ਤੈ, ਦੁਨੀਆਂ 'ਚ ਕੀਤਾ ਪਾਟਣਾ ਮਸ਼ਹੂਰ ਤੈ, ਪਾਟਣਾ ਮਸ਼ਹੂਰ ਤੈ।
ਕੀਤਾ ਕਰਨਾ ਮਸ਼ਹੂਰ ਤਾਂ ਸਾਡੇ ਸੁਖਦੇਵ ਸਿੰਘ ਜੀ ਨੰਬਰਦਾਰ ਸਾਹਿਬ ਜੋ ਆਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨੇ ਵੀ ਜੋ ਕਿ ਭੋਰਾ ਸਾਹਿਬ ਹੈ ਜੀ ਆਪਾਂ ਚੱਲਦੇ ਹਾਂ ਸ੍ਰੀ ਵਾਹਿਗੁਰੂ ਤੋਂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜਿੱਥੇ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਬਾਬਾ ਰਾਮ ਸਿੰਘ ਜੀ ਦਾ ਇਹ ਭੋਰਾ ਸਾਹਿਬ ਹੈ ਜੀ ਸਥਾਨ ਆ ਜਿੱਥੇ ਤੁਸੀਂ ਦੇਖ ਰਹੇ ਹੋ ਸੰਗਤਾਂ ਆਉਂਦੀਆਂ ਨੇ ਜੋ ਕਿ ਸੁੱਖ ਸੁੱਖਣ ਅਤੇ ਉਰੇ ਸੁੱਖ ਸੁੱਖਣ ਅਤੇ ਜਿਸ ਦੀ ਸੁੱਖ ਪੂਰੀ ਹੁੰਦੀ ਹੈ ਜੀ ਕੋਈ ਪੁੱਤਰ ਦੀ ਖੁਸ਼ੀ ਦੇ ਵਿੱਚ ਨਿੰਮ ਬੰਨਦਾ ਹੈ ਕੋਈ ਜੋਤ ਲਾਉਂਦਾ ਹੈ ਘਿਓ ਦੀ ਜੋਤ ਲਗਾਈ ਜਾਂਦੀ ਹੈ ਜੀ ਇਹ ਭੋਰਾ ਸਾਹਿਬ ਜੀ ਦੇ ਵਿੱਚ ਆ ਜੋ ਅੱਗੇ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਜਿੱਥੇ ਸੰਗਤਾਂ ਅੱਗੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਨਮਸਕਾਰ ਨਮਸਤਕ ਹੁੰਦੀਆਂ ਨੇ ਜੀ ਅਤੇ ਆਪਣੀਆਂ ਅਰਦਾਸਾਂ ਕਰਦੇ ਹਨ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਇੱਧਰ ਸਤਿਖੰਡ ਸਤਿਖੰਡ ਅਰਦਾਸ ਕਰ ਰਹੀ ਹਾਂ ਅਤੇ ਆ ਜਾਓ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਜੀ ਮੈਂ ਵੀ ਪਿਆਰੀ ਸੰਗਤ ਜੀ ਆ ਜਾਓ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਜੋ ਕਿ ਆਪਾਂ ਆਪਣੇ ਨਵੇਂ ਬਣੇ ਦਰਬਾਰ ਸਾਹਿਬ ਦੇ ਵੱਲ ਲੈ ਕੇ ਚੱਲਦੇ ਹਾਂ ਜਿੱਥੇ ਬਹੁਤ ਹੀ ਸੰਗਤਾਂ ਪਹੁੰਚੀਆਂ ਹੋਈਆਂ ਨੇ ਲੈ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਪਿੰਡ ਦੇ ਨੌਜਵਾਨ ਸੇਵਾਦਾਰ ਵੀਰ ਭਾਂਡਿਆਂ ਦੀ ਸੇਵਾ ਨਿਭਾ ਰਹੇ ਨੇ ਵੱਖ ਵੱਖ ਜਗ੍ਹਾ 'ਤੇ ਸੇਵਾਦਾਰ ਵੀਰ ਭਾਂਡਿਆਂ ਦੀ ਸੇਵਾ ਨਿਭਾ ਰਹੇ ਨੇ ਅਤੇ ਆਪਣੇ ਸਾਹਮਣੇ ਕੁਝ ਸੇਵਾਦਾਰ ਪਾਣੀ ਗਰਮ ਕਰ ਰਹੇ ਨੇ ਅਤੇ ਗੱਲਾਂ ਬਾਤਾਂ ਵੀ ਕਰ ਰਹੇ ਨੇ ਮਿੰਦਰ ਖਾਲਸਾ ਜੀ ਸੇਵਾਦਾਰ ਵੀਰ ਜੋ ਕਿ ਭਾਂਡਿਆਂ ਦੀ ਸੇਵਾ ਸਾਫ ਕਰਨ ਅਤੇ ਨਿਭਾ ਰਹੇ ਨੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਅਤੇ ਆਪਣੇ ਸੇਵਾਦਾਰ ਪੂਰੇ 3 ਦਿਨ ਲਗਾਤਾਰ ਉਹਦੇ ਭਾਂਡਿਆਂ ਦੀ ਸੇਵਾ ਨਿਭਾਉਂਦੇ ਨੇ ਜੀ ਆਪਣੇ ਬਾਬਾ ਰਾਮ ਸਿੰਘ ਜੀ ਦੀ ਬਰਸੀ ਦੇ ਵਿੱਚ ਭਾਂਡਿਆਂ ਦੀ ਸਾਫ਼ ਸਫਾਈ ਨਾਲ ਦੇ ਨਾਲ ਹੋ ਰਹੀ ਹੈ ਅਤੇ ਸੰਗਤਾਂ ਲੰਗਰ ਦੇ ਵਿੱਚ ਜਾਣ ਵਾਸਤੇ ਭਾਂਡੇ ਲਿਜਾ ਰਹੇ ਹਨ ਜੀ ਲੈ ਪਿਆਰੀ ਸੰਗਤ ਜੀ ਆਪਾਂ ਪੁੰਨਿਆ ਨਮਸਤਕ ਅੰਦਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਾਨਕ ਤੇਰਾ ਵਾਰ ਭਗਤ ਹੈ ਨਾਨਕ ਤੇਰਾ ਵਾਰ ਭਗਤ ਹੈ ਨਾਨਕ ਤੇਰਾ ਵਾਰ
ਓਂਕਾਰ ਚਿੰਤਾ ਤਾਂ ਕੀ ਕੀਤੀ ਹੈ ਸੰਸਾਰ ਨਾਨਕ ਫਿਰ ਨਹੀਂ ਕੋਏ ਜੋ ਉਪਜੋ ਸੋ ਬਿਨ ਸਹੈ ਉਸੀ ਦਾ ਫਲ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ ਉੱਥੇ ਆਪਣੇ ਆਪ ਹੀ ਧਰਤੀ ਨੂੰ ਪਾਰ ਲੱਗਦੇ ਹਨ ਮਹਾਰਾਜ ਦੇ ਵਚਨ ਹਨ ਜਿੱਥੇ ਨਾਮ ਜਪੀਐ ਮੇਰੇ ਪਿਆਰੇ ਸੋ ਅਸਥਿਰ ਸੋਇਨ ਚਬਾਰੇ ਸਾਧ ਸੰਗਤ ਜੀ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਂਦੇ ਹਾਂ ਇਸਦਾ ਅਰਥ ਇਹ ਹੁੰਦਾ ਹੈ ਕਿ ਰੋਜ਼ ਮਜ਼ਾ ਦੇ ਸਾਡੇ ਜੀਵਨ ਵਿੱਚ ਅਸੀਂ ਭੁੱਲ ਜਾਂਦੇ ਹਾਂ ਕਿ ਭਾਈ ਕਿਸ ਕੰਮ ਲਈ ਅਸੀਂ ਇੱਥੇ ਆਏ ਸੀ ਜਦ ਅਸੀਂ ਮਹਾਂਪੁਰਸ਼ਾਂ ਦਾ ਦਿਨ ਮਨਾਉਂਦੇ ਹਾਂ ਜਦ ਚਿਤਾਰਦੇ ਹਾਂ ਉਹਨਾਂ ਨੇ ਸਾਡੇ ਉੱਪਰ ਕੀ ਪਰਉਪਕਾਰ ਕੀਤੇ ਹਨ ਕਿਸ ਤਰ੍ਹਾਂ ਇਸ ਸੜਦੇ ਬਲਦੇ ਯੁੱਗ ਵਿੱਚ ਉਹਨਾਂ ਨੇ ਠੰਡ ਪਹੁੰਚਾਈ ਹੈ
ਤੇ ਇੱਕ ਵਾਰੀ ਫਿਰ ਇਹ ਚੇਤੇ ਆ ਜਾਂਦਾ ਹੈ।